ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡੇ ਮੇਰੀ ਨਵੀਂ ਵੀਡੀਓ ਵਿੱਚ। ਅਤੇ ਤੁਸੀਂ ਥੰਬਨੇਲ ਵੈਸੇ ਮਤਲਬ ਪੜ੍ਹ ਹੀ ਲਿਆ ਹੋਣਾ ਅਤੇ ਕੈਪਸ਼ਨ ਪੜ੍ਹ ਹੀ ਲਈ ਹੋਣੀ ਹੈ ਵੀ ਕਿਸ ਬੇਸ 'ਤੇ ਵੀਡੀਓ ਬਣਾਉਣਾ ਜਾ ਰਿਹਾ ਮੈਂ, ਹੈ ਨਾ। ਸੋ ਹਾਂਜੀ ਗਾਈਜ਼, ਜਿਹੜੀ ਮੈਂ ਪਹਿਲੀ ਗੱਲ ਕਰਨ ਜਾ ਰਿਹਾ ਸੀਗਾ ਨਾ ਤੁਹਾਡੇ ਨਾਲ, ਆਸਟ੍ਰੇਲੀਆ ਵਿੱਚ ਜਾਂ ਕਿਸੇ ਵੀ ਕੰਟਰੀ 'ਚ, ਚਾਹੇ ਕੈਨੇਡਾ, ਵੈਦਰ ਇਟਸ ਅ ਕੈਨੇਡਾ, ਵੈਦਰ ਇਟਸ ਆਸਟ੍ਰੇਲੀਆ, ਵੈਦਰ ਇਟਸ ਨਿਊਜ਼ੀਲੈਂਡ ਔਰ ਇੰਗਲੈਂਡ, ਐਨੀ ਕੰਟਰੀ, ਕੋਈ ਵੀ ਕੰਟਰੀ ਹੈ ਨਾ। ਸੋ ਗਾਈਜ਼, ਇੱਥੇ ਨਾ ਇੰਟਰਨੈਟ ਸਟੂਡੈਂਟ ਨਾਲ ਸਕੈਮ, ਇੱਕ ਪਰਟੀਕੁਲਰ ਸਕੈਮ ਜ਼ਰੂਰ ਹੁੰਦਾ ਵਾ, ਨੋਟ ਕੇ ਇਕੱਲੇ ਸਟੂਡੈਂਟਸ ਨਾਲ, ਹਰ ਇੱਕ ਨਾਲ ਹੁੰਦਾ ਵਾ, ਬਟ ਸਟੂਡੈਂਟਸ ਜ਼ਿਆਦਾਤਰ ਰਗੜੇ ਜਾਂਦੇ ਨੇ ਕਿਉਂਕਿ ਨਵੇਂ ਸਟੂਡੈਂਟਸ ਨੂੰ ਨਹੀਂ ਪਤਾ ਹੁੰਦਾ ਆਪਾਂ ਕੀ ਕਰਦੇ ਹਾਂ। ਜੋਬ ਦਾ ਲਾਲਚ ਹੁੰਦਾ ਵਾ, ਆਪਾਂ ਜਲਿਆ ਜੀ ਔਨਲਾਈਨ ਅਪਲਾਈ ਕਰਨਾ ਸ਼ੁਰੂ ਕਰ ਦਿੰਦੇ ਹਾਂ ਜਿਹੜੀ ਜੋਬ ਲੱਗਦੀ ਆ, ਕੋਈ ਸਪੋਂਸਰਡ ਆ ਗਈ, ਸਪੋਜ਼ ਆਪਾਂ ਫੇਸਬੁੱਕ ਚਲਾ ਰਹੇ ਹਾਂ ਜਾਂ ਇੰਸਟਾਗ੍ਰਾਮ ਚਲਾ ਰਹੇ ਹਾਂ, ਉਹਦੇ ਜੋਬ ਦੀ ਸਪੋਂਸਰ, ਕੋਈ ਸਪੋਂਸਰਡ ਜੋਬ ਆ ਗਈ ਵੀ ਇੱਥੇ ਰਿਕਰੂਟਮੈਂਟ ਆ, ਐਮਾਜ਼ੋਨ ਵਾਲਿਆਂ ਵੱਲੋਂ ਰਿਕਰੂਟਮੈਂਟ ਆ ਜੀ, ਇੱਥੇ ਔਨਲਾਈਨ ਆਪਦੀ ਡਿਟੇਲ ਭਰੋ ਫਿਰ ਤੁਹਾਡੇ ਤੁਸੀਂ ਅਪਲਾਈ ਕਰ ਦਿਓ ਜੋਬ ਲਈ, ਹੈ ਨਾ। ਸੋ ਗਾਈਜ਼, ਉਹ ਚੀਜ਼ ਇੰਟਰਨੈਸ਼ਨਲ ਜਿੰਨੇ ਮੇਰੇ ਭੈਣ ਭਾਈ ਨੇ ਜਾਂ ਮੇਰੇ ਬ੍ਰਦਰ ਸਿਸਟਰ ਜੋ ਵੀ ਆ ਰਹੇ ਨੇ ਜਾਂ ਆ ਚੁੱਕੇ ਨੇ, ਨਿਊ ਨੇ, ਜਿਨ੍ਹਾਂ ਨੂੰ ਇਹ ਚੀਜ਼ ਨਹੀਂ ਪਤਾ, ਔਨਲਾਈਨ ਜੋਬ ਕਦੇ ਅਪਲਾਈ ਨਹੀਂ ਕਰਨੀ। ਜੇ ਤੁਸੀਂ ਔਨਲਾਈਨ ਅਪਲਾਈ ਕਰਨੀ ਆ ਤਾਂ ਜਿਹੜੀ ਵੀ ਕੰਪਨੀ ਤੁਸੀਂ ਕਰਨੀ ਆ ਨਾ, ਹਰ ਇੱਕ ਕੰਪਨੀ ਦੀ, ਹਰ ਇੱਕ ਔਰਗਨਾਈਜੇਸ਼ਨ ਦੀ ਇੱਕ ਪਰਸਨਲ ਕਰੀਅਰਸ ਵੈਬਸਾਈਟ ਜ਼ਰੂਰ ਹੁੰਦੀ ਹੈ, ਠੀਕ ਹੈ। ਵੈਦਰ ਇਟਸ ਮੈਕਡੋਨਲਡਸ, ਵੈਦਰ ਇਟਸ ਹੰਗਰੀ ਜੈਕਸ, ਵੈਦਰ ਇਟਸ ਆਲਡੀ, ਵੈਦਰ ਇਟਸ ਕੋਲਸ, ਵੈਦਰ ਇਟਸ ਐਮਾਜ਼ੋਨ, ਠੀਕ ਹੈ। ਹਰ ਇੱਕ ਕੰਪਨੀ ਦੀ, ਹਰ ਇੱਕ ਔਰਗਨਾਈਜੇਸ਼ਨ ਦੀ ਇੱਕ ਰਿਕਰੂਟਮੈਂਟ ਪਰਸਨਲ ਵੈਬਸਾਈਟ ਹੁੰਦੀ ਹੈ, ਠੀਕ ਆ। ਉਹਤੇ ਜਾ ਕੇ ਅਪਲਾਈ ਕਰੋ। ਜੇ ਵੈਬਸਾਈਟ ਜਿਵੇਂ ਸਪੋਜ਼ ਜੇ ਕਿਸੇ ਦੀ ਨਹੀਂ ਵੀ ਹੈਗੀ ਤਾਂ ਉਹਨਾਂ ਨੂੰ ਡਾਇਰੈਕਟ ਸਟੋਰ 'ਤੇ ਕਾਲ ਕਰੋ, ਜਿੰਨੇ ਉਹਦੇ ਨੀਅਰ ਬਾਈ ਸਟੋਰਸ ਨੇ ਉਹਨਾਂ 'ਤੇ ਜਾ ਕੇ ਰੈਜ਼ੂਮੇ ਦਿਓ ਆਪਣੇ। ਔਨਲਾਈਨ ਜੋਬ, ਔਨਲਾਈਨ ਆਪਣੀ ਡਿਟੇਲ ਕਦੇ ਨਾ ਭਰੋ, ਜੇ ਚਾਹੇ ਉਹ ਸਪੋਂਸਰਡ ਆ, ਠੀਕ ਹੈ, ਚਾਹੇ ਤੁਹਾਨੂੰ ਕੋਈ ਮੈਸੇਜ ਕਰਕੇ ਕਹਿ ਰਿਹਾ ਪਰਸਨਲ, ਹਾਂਜੀ ਜੋਬ ਰਿਕਰੂਟਮੈਂਟਸ ਨੇ, ਅਸੀਂ ਤੁਹਾਡੀ ਪ੍ਰੋਫਾਈਲ ਉੱਥੋਂ ਚੱਕੀ ਆ ਜਾਂ ਅਸੀਂ ਸੋ ਐਂਡ ਸੋ ਤੁਹਾਡੀ ਡਿਟੇਲ ਦੇਖੀ, ਜਿਵੇਂ ਹੁਣ ਆਪਾਂ ਸੀਕ, ਇਨਡੀਡ, ਜੋਰਾ, ਵੈਸੇ ਤਾਂ ਚਲੋ ਵੈਰੀਫਾਈਡ ਹੈ ਨਾ ਪਲੈਟਫਾਰਮਸ ਨੇ, ਬਟ ਇਹਨਾਂ ਪਲੈਟਫਾਰਮਸ ਤੋਂ ਆਪਣੇ ਜਿਹੜੇ ਸਕੈਮਰਸ ਨੇ ਉਹ ਆਪਣੀ ਇਨਫੋਰਮੇਸ਼ਨ ਚੈੱਕ ਲੈਂਦੇ ਆ ਅਤੇ ਆਪਾਂ ਨੂੰ ਜੋਬਸ ਦੀਆਂ ਫੇਕ ਈਮੇਲਸ ਆਉਣੇ ਸ਼ੁਰੂ ਹੋ ਜਾਂਦੀਆਂ ਨੇ, ਫੇਕ ਮੈਸੇਜਿਸ ਆਉਣੇ ਸ਼ੁਰੂ ਹੋ ਜਾਂਦੇ ਆ। ਸੋ ਪਲੀਜ਼ ਗਾਈਜ਼, ਉਹ ਚੀਜ਼ ਤੋਂ ਪਲੀਜ਼ ਬਚੋ, ਅਵੋਇਡ ਕਰੋ ਵੀ ਔਨਲਾਈਨ ਕਿਸੇ ਵੀ ਵੈਬਸਾਈਟ 'ਤੇ ਅਪਲਾਈ ਨਾ ਕਰੋ। ਸਪੈਸ਼ਲ ਸਰਚ ਕਰੋ, ਸਪੋਜ਼ ਜੇ ਤੁਸੀਂ ਆਲਡੀ 'ਚ ਜੋਬ ਅਪਲਾਈ ਕਰਨੀ ਆ, ਆਲਡੀ ਕਰੀਅਰਸ, ਮੈਕਡੋਨਲਡਸ ਕਰਨੇ ਆ, ਮੈਕਡੋਨਲਡ ਕਰੀਅਰਸ, ਹੰਗਰੀ ਜੈਕਸ 'ਚ ਕਰਨੇ ਆ ਤਾਂ ਹੰਗਰੀ ਕਰੀਅਰਸ, ਠੀਕ ਹੈ, ਉਹ ਕਰੀਅਰਸ ਹੁੰਦੇ ਆ, ਉੱਥੇ ਜਾ ਕੇ ਆਪਣੀ ਜਿਹੜੀ ਜੋਬ ਆ ਉਹ ਅਪਲਾਈ ਕਰੋ। ਦੂਸਰੀ ਚੀਜ਼, ਆਪਣੀ ਜਿਹੜੀ ਬੈਂਕ ਡਿਟੇਲ ਹੁੰਦੀ ਹੈ ਨਾ, ਉਹ ਬਹੁਤ ਸੋਚ ਸਮਝ ਕੇ ਫਿੱਲ ਕਰਨੀ ਆ, ਕਿਤੇ ਵੀ ਕਰਨੀ ਆ, ਤੁਸੀਂ ਕਿਤੇ ਜੋਬ ਕਰਦੇ ਹੋ, ਠੀਕ ਹੈ, ਬਹੁਤ ਸੋਚ ਸਮਝ ਕੇ ਫਿੱਲ ਕਰਨੀ ਆ। ਉਹਦੇ ਨਾਲ ਕੀ ਹੁੰਦਾ ਵਾ, ਤੁਹਾਡੇ ਨੰਬਰ ਨਾਲ ਨਾ ਤੁਹਾਡਾ ਸਾਰਾ ਕੁਝ ਕਨੈਕਟ ਹੁੰਦਾ, ਠੀਕ ਹੈ। ਹੁਣ ਜੋ ਤੁਸੀਂ ਨੰਬਰ ਲੈਂਦੇ ਹੋ ਆਪਣੇ ਬੈਂਕ ਅਕਾਊਂਟ ਦੀ ਡਿਟੇਲ, ਹੈ ਨਾ, ਅਪਡੇਟ ਕਰਵਾਉਂਦੇ ਹੋ, TFN ਤੁਹਾਡਾ ਬੈਂਕ ਅਕਾਊਂਟ, ਹੈ ਨਾ, ਹੁੰਦਾ ਵਾ, ਐਵਰੀਥਿੰਗ ਤੁਹਾਡਾ, ਹਰ ਚੀਜ਼ ਇੱਕ ਦੂਜੇ ਨਾਲ ਜੁੜੀ ਹੋਈ ਆ, ਕਨੈਕਟਡ ਆ। ਤੁਹਾਡੀ ਇੱਕ ਵੀ ਡਾਕੂਮੈਂਟ, ਇੱਕ ਵੀ ਚੀਜ਼ ਲੀਕ ਹੋਈ ਨਾ, ਸਮਝ ਲਓ ਤੁਹਾਡਾ ਸਾਰਾ ਡਿਟੇਲ ਸਕੈਮਰਸ ਕੋਲ ਚਲੇਗੀ, ਓਕੇ। ਹੁਣ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਂਦਾ ਵਾਂ ਜਿਹੜੀ ਤੁਸੀਂ ਚੀਜ਼ ਅਵੋਇਡ ਕਰਨੀ ਆ। ਅਵੋਇਡ ਕੀ ਕਰਨੀ ਆ, ਮੈਨੂੰ ਨਾ ਆਹ ਕੱਲ੍ਹ ਦਾ ਇੱਕ ਨੰਬਰ ਆ, ਆਈ ਥਿੰਕ ਇੱਕ ਮਿੰਟ, ਜਿਹਦੇ ਪਿੱਛੇ ਆ 790 ਆ, ਠੀਕ ਆ, ਅਤੇ ਇੱਕ ਉੱਪਰ ਆ 012 ਵਾਲਾ, ਦਿਸ ਵਨ ਐਂਡ ਦਿਸ ਵਨ, ਫੋਕਸ ਹੋ ਰਿਹਾ, ਹਾਂ, ਠੀਕ ਹੈ। ਜਿਹੜੇ ਨੰਬਰ ਨੇ ਨਾ, ਇਹ ਮੈਨੂੰ ਹੁਣ ਹਰ ਵੀਕ ਕਾਲ ਆਉਂਦੀ ਆ, ਅਸੀਂ ਗਵਰਨਮੈਂਟ ਵੱਲੋਂ ਬੋਲ ਰਹੇ ਹਾਂ ਜੀ, ਤੁਹਾਡਾ ਫਾਈਨ ਆਇਆ ਵਾ, ਤੁਸੀਂ ਫੋਨ ਨਹੀਂ ਪਿੱਕ ਕਰਦੇ ਅਤੇ ਤੁਹਾਡਾ ਅਸੀਂ ਵੀਜ਼ਾ ਕੈਂਸਲ ਕਰਾ ਦਾਂਗੇ, ਤੁਸੀਂ ਫੋਨ, ਤੁਸੀਂ ਇੱਕ ਦੱਬੋ ਸਾਡੇ ਕੰਸਲਟੈਂਟ ਨਾਲ ਗੱਲ ਕਰਨ ਲਈ, ਤੁਸੀਂ ਦੋ ਦੱਬੋ ਸਾਡੀ ਵੈਬਸਾਈਟ 'ਤੇ ਜਾ ਕੇ, ਕੋਈ ਬਟਨ ਪ੍ਰੈਸ ਨਹੀਂ ਕਰਨਾ, ਇਹੋ ਜਿਹਾ ਜਦੋਂ ਕਰਦਾ ਅਸੀਂ ਗਵਰਨਮੈਂਟ ਵੱਲੋਂ ਬੋਲਦੇ ਹਾਂ, ਸਟ੍ਰੇਟ ਅਵੇ ਫੋਨ ਕੱਟ ਦਿਉ। ਕਿਉਂ? ਉਰੇ ਕੋਈ ਵੀ ਅਫੀਸ਼ੀਅਲ ਕੰਮ ਆ ਨਾ, ਕੋਈ ਵੀ ਗਵਰਨਮੈਂਟ ਵੱਲੋਂ ਤੁਹਾਨੂੰ ਵਾਰਨਿੰਗ ਜੇ ਆ ਵੀ ਰਹੀ ਆ, ਸਪੋਜ਼ ਤੁਹਾਡਾ ਚਲਾਨ ਆ ਗਿਆ, ਕੋਈ ਫਾਈਨ ਆ ਗਿਆ, ਤਾਂ ਉਹ ਈਮੇਲ ਆਊਗੀ ਤੁਹਾਨੂੰ ਅਤੇ ਘਰੇ ਜਿਹੜਾ ਲੈਟਰ ਆ ਉਹ ਪੋਸਟ ਹੋਊਗਾ। ਕਦੇ ਵੀ ਗਵਰਨਮੈਂਟ ਦਾ ਜਿਹੜਾ ਬੰਦਾ ਵਾ ਸਟ੍ਰੇਟ ਅਵੇ ਫੋਨ ਕਾਲ ਨਹੀਂ ਕਰੂਗਾ ਤੁਹਾਨੂੰ, ਜੇ ਕੋਈ ਵਾਰਨਿੰਗ ਲੈਟਰ ਇਸ਼ੂ ਹੋਊਗਾ ਵੀ ਨਾ ਤਾਂ ਤੁਹਾਡੇ ਪੋਸਟ ਹੋਊਗਾ, ਤੁਹਾਡੇ ਘਰੇ ਲੈਟਰ ਆਊਗਾ, ਈਵਨ ਤੁਹਾਨੂੰ ਮੇਲ ਵੀ ਆਊਗੀ, ਬਕਾਇਦਾ ਲੈਟਰ ਵੀ ਆਊਗਾ, ਮੇਲ ਵੀ ਆਊਗੀ, ਠੀਕ ਹੈ। ਸੋ ਫੋਨ ਕਾਲ 'ਤੇ ਕਦੇ ਡਰ ਕੇ ਘਬਰਾ ਕੇ ਉਹ ਲੈ ਗਵਰਨਮੈਂਟ ਵੱਲੋਂ ਫੋਨ ਆ ਗਿਆ ਮੇਰਾ ਤਾਂ ਵੀਜ਼ਾ ਕੈਂਸਲ ਹੋ ਜੂ, ਆਪਣੀ ਡਿਟੇਲ ਦੇ ਦਿਉ ਜਾਂ ਕੋਈ ਲਿੰਕ ਤੁਹਾਨੂੰ ਭੇਜਣ, ਤੁਸੀਂ ਲਿੰਕ ਓਪਨ ਕਰ ਲਿਆ, ਜਦੋਂ ਤੁਸੀਂ ਲਿੰਕ ਓਪਨ ਕਰ ਲਿਆ ਗਿਆ ਤੁਹਾਡੀ ਸਾਰੀ ਬੈਂਕ ਡਿਟੇਲ ਸਾਰਾ ਕੁਛ ਉਹਨਾਂ ਨੇ ਹੈਕ ਕਰ ਲੈਣਾ, ਦੈਨ ਤੁਹਾਡੀ ਸਾਰੀ ਇਨਕਮ ਜੋ ਵੀ ਤੁਸੀਂ ਸੇਵ ਕਰੋਗੇ ਜਾਂ ਕੁਛ ਸਾਰੀ ਗਈ। ਦੂਜੀ ਅਤੇ ਦੂਜੀ ਚੀਜ਼ ਹੋ ਗਈ। ਤੀਜੀ ਚੀਜ਼ ਜਿਹੜੀ ਆਪਣੀ, ਹੁਣ ਮੈਂ ਇਹ ਸਕੈਮਰਸ ਲਈ ਨਹੀਂ ਹੈਗੀ, ਇਹ ਹੈਗੀ ਆ ਇੰਸ਼ੋਰੈਂਸ ਲਈ, ਕਿਉਂਕਿ ਜਿਹੜੀ ਚੀਜ਼ ਹੁਣ ਮੈਂ ਫੇਸ ਕੀਤੀ ਆ,
ਆਪਣੇ ਆਸਟ੍ਰੇਲੀਆ 'ਚ ਜੇ ਤੁਸੀਂ ਸਾਊਥ ਆਸਟ੍ਰੇਲੀਆ 'ਚ ਆ ਰਹੇ ਹੋ, ਮੈਨੂੰ ਮੈਲਬਰਨ ਸਿਡਨੀ ਦਾ ਨਹੀਂ ਪਤਾ ਹੈਗਾ, ਠੀਕ ਆ ਸਟੇਟ ਵੇ, ਬਟ ਮੈਂ ਹੁਣ ਸਾਊਥ ਆਸਟ੍ਰੇਲੀਆ 'ਚ ਰਹਿ ਰਿਹਾ, ਮੈਨੂੰ ਇੱਕ ਸਾਲ ਹੋ ਚੱਲਿਆ, ਅਤੇ ਸਾਊਥ ਆਸਟ੍ਰੇਲੀਆ 'ਚ ਕਦੇ ਵੀ ਨਿੱਬ ਦਾ ਜਿਹੜਾ ਉਹ ਆ ਨਾ ਇੰਸ਼ੋਰੈਂਸ ਨਾ ਕਰਵਾਓ। ਜੇ ਤੁਸੀਂ ਨਿੱਬ ਦਾ ਇੰਸ਼ੋਰੈਂਸ ਕਰਵਾਉਂਦੇ ਹੋ ਤਾਂ ਉਹਦੀ ਜਿਹੜੀ ਤੁਹਾਡੀ ਲੌਗਇਨ ਡਿਟੇਲ ਆ, ਤੁਹਾਡਾ ਯੂਜ਼ਰ ਨੇਮ ਅਤੇ ਪਾਸਵਰਡ, ਉਹ ਆਪਣੇ ਏਜੰਟ ਨੂੰ ਕੰਸਲਟੈਂਟ ਨੂੰ ਉਹਨਾਂ ਦੁਆਰਾ ਨੂੰ ਪੁੱਛ ਕੇ ਆਓ, ਉਹਨਾਂ ਨੂੰ ਮਤਲਬ ਉੱਥੇ ਅਕਾਊਂਟ ਇੰਡੀਆ ਤੋਂ ਹੀ ਲੌਗਇਨ ਕਰਵਾ ਕੇ ਆਓ ਆਪਣੇ ਫੋਨ 'ਚ। ਨਿੱਬ ਐਪ ਹੁੰਦਾ ਸਪੈਸ਼ਲ, ਹੁਣ ਮੈਂ ਮੈਂਸ਼ਨ ਕਰ ਰਿਹਾ, ਜਿਹੜੇ ਵੀ ਸਟੂਡੈਂਟਸ ਨਿੱਬ ਦੇ ਥਰੂ ਆ ਰਹੇ ਨੇ, ਜਿਨ੍ਹਾਂ ਨੇ ਨਿੱਬ ਦੇ ਥਰੂ ਇੰਸ਼ੋਰੈਂਸ ਕਰਵਾ ਰਹੇ ਨੇ, ਨਿੱਬ ਦੀ ਆਪਦੀ ਲੌਗਇਨ ਡਿਟੇਲ, ਨਿੱਬ ਦਾ ਐਪ ਇੰਡੀਆ ਤੋਂ ਹੀ ਡਾਊਨਲੋਡ ਕਰਕੇ ਆਓ, ਆਪਦਾ ਲੌਗਇਨ ਕਰਵਾ ਕੇ ਆਓ। ਕਿਉਂ? ਕਿਉਂਕਿ ਉਰੇ ਆ ਕੇ ਹੁਣ ਮੇਰਾ ਨਿੱਬ ਦਾ ਸੀਗਾ ਅਤੇ ਮੇਰੇ ਕੋਲ ਹੁਣ ਮੇਰੀ ਲੌਗਇਨ ਡਿਟੇਲਸ, ਮੈਂ ਆਪਣੇ ਏਜੰਟ ਨੂੰ ਪੁੱਛਿਆ ਬਟ ਉਹ ਭੁੱਲ ਗਏ, ਉਹ ਜਿਹੜੀ ਕਹਿੰਦੇ ਨੇ ਉਹ ਚੱਕ ਨਹੀਂ ਰਿਹਾ, ਉਹ ਕਹਿੰਦੇ ਇਸ ਲੌਗਇਨ ਡਿਟੇਲ ਦਾ ਤਾਂ ਕੋਈ ਅਕਾਊਂਟ ਹੀ ਹੈ ਨਹੀਂ। ਜਿਹੜਾ ਮੇਰਾ ਇੰਡੀਆ ਵਾਲਾ ਨੰਬਰ ਸੀਗਾ, ਠੀਕ ਹੈ, ਉਹ ਮੇਰਾ ਬੰਦ ਹੋ ਚੁੱਕਿਆ, ਠੀਕ ਹੈ, ਹੁਣ ਉਹ ਬੰਦ ਹੋ ਚੁੱਕਿਆ ਵਾ, ਅਤੇ ਜਿਹੜੀ ਮੇਰੀ ਈਮੇਲ ਆਈ ਡੀ ਸੀ ਉਹ ਚੱਕ ਨਹੀਂ ਰਿਹਾ। ਸੋ ਗਾਈਜ਼, ਮੈਨੂੰ ਹੁਣ ਬਹੁਤ ਦਿੱਕਤ ਆ ਰਹੀ ਹੈ, ਮੇਰੇ ਕੋਲ ਮੇਰਾ ਮੈਡੀਕਲ ਕਾਰਡ ਨਹੀਂ ਹੈਗਾ, ਠੀਕ ਹੈ, ਪਿੱਛੇ ਮੇਰੀ ਹੁਣ ਗੱਡੀ ਦਾ ਐਕਸੀਡੈਂਟ, ਮੈਂ ਵੀਡੀਓ ਪਾਈ ਸੀ, ਮੇਰਾ ਐਕਸੀਡੈਂਟ ਹੋਇਆ ਸੀਗਾ ਅਤੇ ਮੇਰਾ ਜਿਹੜਾ ਮੇਰੀ ਨੈਕ ਨੂੰ ਥੋੜ੍ਹਾ ਜਿਹਾ ਜਰਕ ਹੋਇਆ ਸੀ ਨਾ, ਜਰਕ ਲਗਾਈ, ਪੇਨ ਹੋ ਰਹੀ ਸੀ, ਅਤੇ ਜਦੋਂ ਮੈਡੀਕਲ ਗਿਆ ਉਹ ਕਹਿੰਦੇ ਆਪਦਾ ਕਾਰਡ ਦਿਉ। ਮੈਂ ਕਿਹਾ ਮੇਰੇ ਕੋਲ ਪੋਲਿਸੀ ਨੰਬਰ ਹੈਗਾ, ਕਹਿੰਦੇ ਪੋਲਿਸੀ ਨੰਬਰ ਨਹੀਂ ਚੱਲਦਾ, ਸਾਨੂੰ ਕਾਰਡ ਚਾਹੀਦਾ, ਫਿਜ਼ੀਕਲ ਕਾਰਡ ਚਾਹੀਦਾ, ਠੀਕ ਹੈ। ਹੁਣ ਫਿਜ਼ੀਕਲ ਕਾਰਡ ਜਦੋਂ ਮੇਰੇ ਕੋਲ, ਮੈਂ ਹੁਣ ਜਦੋਂ ਮੇਲ ਕੀਤੀ ਨਿੱਬ ਵਾਲਿਆਂ ਨੂੰ, ਉਹ ਕਹਿੰਦੇ ਜੀ ਤੁਹਾਡਾ ਆਉਣ ਦਾ ਵੇ ਆ 7 ਤੋਂ 14 ਦਿਨਾਂ ਦੇ ਵਿੱਚ ਆਜੂਗਾ। ਮੈਂ 3-4 ਮੇਲਾਂ ਕੀਤੀਆਂ, 3-4 ਵਾਰ ਮੈਨੂੰ ਇਹੀ ਰਿਪਲਾਈ ਮਿਲਿਆ, ਬਟ ਹਾਲੇ ਤੱਕ ਮੈਨੂੰ ਸਾਲ ਹੋ ਗਿਆ, ਮੇਰਾ ਕਾਰਡ ਮੈਨੂੰ ਨਹੀਂ ਆਇਆ, ਠੀਕ ਆ। ਦੂਸਰੀ ਗੱਲ, ਜਦੋਂ ਮੈਂ ਡਿਜੀਟਲ ਐਪ ਡਾਊਨਲੋਡ ਕੀਤਾ ਨਿੱਬ ਦਾ, ਲੌਗਇਨ ਡਿਟੇਲਸ ਮੰਗ ਰਿਹਾ ਸੀ, ਤੁਹਾਨੂੰ ਮੈਂ ਪਹਿਲਾਂ ਹੀ ਦੱਸ ਚੁੱਕਿਆ ਵੀ ਮੈਂ ਆਪਦੀ ਈਮੇਲ ਭਰੀ ਅਤੇ ਮੈਂ ਏਜੰਟ ਨੂੰ ਪੁੱਛ ਕੇ, ਬਟ ਉਹ ਕਹਿੰਦੇ ਕ੍ਰੈਡੈਂਸ਼ੀਅਲ ਮਤਲਬ ਨਹੀਂ ਹੈਗਾ, ਨਹੀਂ ਚੱਕ ਰਿਹਾ ਸੀਗਾ ਵੀ ਇਹਦੇ ਕੋਈ ਅਕਾਊਂਟ ਨਹੀਂ, ਅਤੇ ਮੇ ਬੀ ਮੇਰੇ ਇੰਡੀਆ ਵਾਲੇ ਨੰਬਰ 'ਤੇ ਹੋ ਸਕਦਾ, ਬਟ ਹੁਣ ਉਹ ਨੰਬਰ ਬੰਦ ਹੋ ਚੁੱਕਿਆ ਵਾ, ਠੀਕ ਆ। ਅਤੇ ਮੈਂ ਸੇਮ ਵੀ ਪਤਾ ਨਹੀਂ ਇੱਧਰ ਉੱਧਰ ਕਿੱਧਰ ਰੱਖਤਾ, ਚਲੋ ਮੇਰੀ ਵੀ ਥੋੜ੍ਹੀ ਜਿਹੀ ਕੁਛ ਗਲਤੀ ਉਹਦੇ ਵਿੱਚ। ਸੋ ਇਹ ਚੀਜ਼ ਤਾਂ ਤੁਸੀਂ ਵੀ ਅਵੇਅਰ ਹੋ ਕੇ ਆਓ, ਅਤੇ ਨਿੱਬ ਦਾ ਸਾਊਥ ਆਸਟ੍ਰੇਲੀਆ 'ਚ ਕੋਈ ਔਫਿਸ ਨਹੀਂ ਹੈਗਾ, ਮੈਂ ਤੁਹਾਨੂੰ ਪਹਿਲਾਂ ਦੱਸਤੀ, ਜੇ ਨਿੱਬ 'ਚ ਕਰਾ ਕੇ ਆਉਂਦੇ ਹੋ ਤਾਂ ਖੱਜਲ ਹੋਵੋਗੇ, ਠੀਕ ਆ। ਉਸ ਤੋਂ ਵਧੀਆ ਬੂਪਾ ਦਾ ਕਰਾ ਲਓ, ਠੀਕ ਹੈ, ਅਤੇ ਬਾਕੀ ਹੋਰ ਜਿਹੜੇ ਨੇ ਸਰਚ ਕਰੋ, ਜਿਹੜੇ ਆਸਟ੍ਰੇਲੀਆ 'ਚ ਵੀ ਉਹਨਾਂ ਦੇ ਔਫਿਸ ਹੈਗੇ ਨੇ, ਉਸ ਕੰਪਨੀ ਦਾ ਇੰਸ਼ੋਰੈਂਸ ਕਰਾਓ। ਕਿਉਂਕਿ ਦੇਖੋ ਹੁਣ ਪੈਸੇ ਦੇਣੇ ਆ ਯਾਰ, ਮੁੜ ਕੇ ਫਿਰ ਉਹ ਕੇ ਖੱਜਲ ਹੋਣਾ, ਫਿਰ ਜੇਬ 'ਚੋਂ ਪੈਸੇ ਦੇਣੇ, ਉਰੇ ਮੈਡੀਕਲ ਬਹੁਤ ਮਹਿੰਗਾ, ਠੀਕ ਆ। ਨਿੱਕੀ ਜਿਹੀ ਪ੍ਰੋਬਲਮ ਦਾ ਥੋਤੋਂ $100-150 ਆਰਾਮ ਨਾਲ ਕਢਵਾ ਲੈਂਦੇ ਨੇ। ਸਿਰਫ ਮੈਂ 3-4 ਚੀਜ਼ਾਂ ਤੁਹਾਡੇ ਨਾਲ ਡਿਸਕਸ ਕਰਨੀਆਂ ਸੀਗੀਆਂ ਗਾਈਜ਼। ਸੋ ਮੇਕ ਸ਼ੋਰ ਇਹ ਚੀਜ਼ਾਂ ਧਿਆਨ ਰੱਖਿਓ, ਸਕੈਮਰਸ ਤੋਂ ਕਿਵੇਂ ਬਚਣਾ, ਕਿਸੇ ਪ੍ਰਾਈਵੇਟ ਨੰਬਰ 'ਤੇ ਕੋਈ ਕਾਲ ਆਉਂਦੀ ਆ, ਠੀਕ ਆ, ਅਸੀਂ ਗਵਰਨਮੈਂਟ ਵੱਲੋਂ ਬੋਲਦੇ ਹਾਂ, ਇਮੀਗ੍ਰੇਸ਼ਨ ਵੱਲੋਂ ਬੋਲਦੇ ਹਾਂ, ਤੁਹਾਡਾ ਐਂ ਹੋ ਗਿਆ, ਯੇ ਹੋ ਗਿਆ, ਕੋਈ ਰਿਸਪੋਂਡ ਨਹੀਂ ਕਰਨਾ, ਸਟ੍ਰੇਟ ਵੇ ਫੋਨ ਕੱਟ ਦਿਓ। 02 ਤੋਂ ਇੱਕ ਨਾ 02 ਨੰਬਰ ਤੋਂ ਕਾਲਸ ਆਉਂਦੀਆਂ ਨੇ, ਉਹ ਹੁੰਦੀਆਂ ਨੇ ਸਰ ਅਸੀਂ ਆਹ ਕੰਪਨੀ ਤੋਂ ਬੋਲਦੇ ਹਾਂ, ਤੁਹਾਡਾ ਐਮਾਜ਼ੋਨ ਦਾ ਪਾਰਸਲ ਆਇਆ, ਸਟ੍ਰੇਟ ਵੇ ਕੱਟ ਦਿਓ। ਕਈ ਸਕੈਮਰਸ ਦਾ ਕੰਮ ਹੁੰਦਾ ਵਾ, ਤੁਹਾਨੂੰ ਨੰਬਰ ਕਰਨਗੇ, ਫੋਨ ਕਰਨਗੇ ਪ੍ਰਾਈਵੇਟ ਨੰਬਰ ਤੋਂ, ਤੁਸੀਂ ਚੱਕ ਲੈਂਦੇ ਹੋ, ਤੁਹਾਨੂੰ ਜਾਣ ਕੇ ਗੱਲਾਂ 'ਚ ਲਾਉਣਗੇ, ਸਰ ਅਸੀਂ ਤੁਹਾਡਾ ਬਿੱਲ ਪੇ ਕਰ ਦਾਂਗੇ, ਇੱਦਾਂ ਕਰ ਦਾਂਗੇ। ਉਹਨਾਂ ਨੇ ਤੁਹਾਡੇ ਸਿਰਫ 5 ਮਿੰਟ ਲੈਣੇ ਹੁੰਦੇ ਆ, 5 ਮਿੰਟਾਂ ਦੇ ਵਿੱਚ ਵਿੱਚ ਤੁਹਾਡੀ ਸਾਰੀ ਡਿਟੇਲ ਹੈਕ ਹੋ ਜਾਂਦੀ ਆ। ਸੋ ਜੇ ਕੋਈ ਤੁਹਾਨੂੰ ਕਹਿੰਦਾ ਅਸੀਂ ਤੁਹਾਡਾ ਬਿੱਲ ਪੇ ਕਰ ਦਈਏ, ਕਹੋ ਕਿ ਸੋਰੀ ਸਰ ਸਾਨੂੰ ਨਹੀਂ ਚਾਹੀਦਾ ਹੈਗਾ, ਅਸੀਂ ਆਪੇ ਮੈਨੇਜ ਕਰ ਲਾਂਗੇ, ਸਟ੍ਰੇਟ ਵੇ ਫੋਨ ਕੱਟ ਦਿਓ। ਉਹ ਵੀ ਸਕੈਮਰ ਹੁੰਦੇ ਨੇ, ਉਹਨਾਂ ਨੇ ਤੁਹਾਨੂੰ ਗੱਲਾਂ 'ਚ ਲਾ ਕੇ 5 ਮਿੰਟ ਤੁਹਾਡੇ ਕਾਲ ਰਿਕਾਰਡਿੰਗ ਦੇ ਕਰਾਉਣੇ ਹੁੰਦੇ ਆ, ਤੁਹਾਡੀ ਕਾਲ 5 ਮਿੰਟ ਤੱਕ ਚਲੇ ਗਈ, ਤੁਹਾਡੀ ਸਾਰੀ ਡਿਟੇਲ ਉਹਨਾਂ ਕੋਲ, ਉਹਨਾਂ ਨੇ ਹੈਕ ਕਰ ਲੈਣੀ ਆ। ਸੋ ਉਹ ਚੀਜ਼ ਤੋਂ ਬਚਣਾ। ਦੂਸਰੀ ਚੀਜ਼, ਔਨਲਾਈਨ ਜੋਬਸ ਕਿਸੇ ਵੀ ਵੈਬਸਾਈਟ 'ਤੇ ਅਪਲਾਈ ਨਹੀਂ ਕਰਨੀ, ਜੇ ਕਰਨੀ ਆ ਤਾਂ ਕਰੀਅਰਸ 'ਤੇ ਜਾ ਕੇ ਕਰਨੀ ਆ, ਠੀਕ ਹੈ। ਅਤੇ ਇੰਸ਼ੋਰੈਂਸ ਤਾਂ ਤੁਹਾਨੂੰ ਮੈਂ ਦੱਸ ਚੁੱਕਿਆ ਵਾਂ। ਸੋ ਦੈਟਸ ਇਟ ਗਾਈਜ਼, ਅੱਜ ਦੀ ਵੀਡੀਓ 'ਚ ਸਿਰਫ ਇੰਨਾ ਹੀ ਮੈਂ ਇਨਫੋਰਮੇਸ਼ਨ ਦੇਣੀ ਸੀ, ਕਿਉਂਕਿ ਮੈਨੂੰ ਲੱਗਿਆ ਵੀ ਇਹ ਚੀਜ਼ ਜ਼ਰੂਰੀ ਆ ਦੱਸਣੀ, ਕਿਉਂਕਿ ਮੇਰੇ ਨਾਲ ਬਹੁਤ ਵਾਰ ਹੋ ਚੁੱਕਿਆ, ਮੈਨੂੰ ਮੈਂ ਫੈਡ ਅਪ ਹੋ ਚੁੱਕਿਆ ਇਹ ਚੀਜ਼ ਕਰਕੇ। ਮੇ ਬੀ ਹੁਣ ਮੈਂ ਉਹਦਾ ਨੰਬਰ ਚੇਂਜ ਕਰੂੰਗਾ, ਕਿਉਂਕਿ ਮੈਨੂੰ ਬਹੁਤ ਕਾਲਸ ਆਉਂਦੀਆਂ ਨੇ, ਅਤੇ ਇਹ ਚੀਜ਼ ਤੁਹਾਡੇ ਨਾਲ ਨਾ ਹੋਵੇ। ਸੋ ਤੁਸੀਂ ਪਹਿਲਾਂ ਹੀ ਬੀ ਅਵੇਅਰ ਰਹੋ ਜਦੋਂ ਤੁਸੀਂ ਨਵੇਂ ਆਉਂਦੇ ਹੋ, ਠੀਕ ਹੈ। ਜੋਬ ਲੱਭੋ, ਤੁਰ ਫਿਰ ਕੇ ਜੋਬ ਲੱਭੋ, ਜਾਂ ਸਪੈਸ਼ਲ ਵੈਬਸਾਈਟ 'ਤੇ ਜਾ ਕੇ ਜੋਬ ਲੱਭੋ, ਕਿਸੇ 'ਤੇ ਵੀ ਟਰੱਸਟ ਨਾ ਇੱਦਾਂ ਕਰੋ, ਜਾਂ ਕੋਈ ਵੈਬਸਾਈਟ 'ਤੇ ਟਰੱਸਟ ਨਾ ਕਰੋ, ਠੀਕ ਹੈ। ਬਹੁਤ ਕੋਨਸੀਕੁਐਂਸਿਸ ਹੁੰਦੇ ਆ ਫਿਰ ਉਹ ਚੀਜ਼ ਦੇ, ਬਹੁਤ ਪ੍ਰੋਬਲਮਸ ਆਉਂਦੀਆਂ ਨੇ, ਬਹੁਤ ਮਿਹਨਤ ਕਰਕੇ ਬੰਦਾ ਪੈਸਾ ਕਮਾਉਂਦਾ, ਠੀਕ ਹੈ। ਸਿਰਫ ਮੇਰਾ ਮੋਟਿਵ ਇਹ ਸੀਗਾ। ਅਤੇ ਬਾਕੀ ਯਾਰ, ਜਾਂਦੇ ਜਾਂਦੇ ਹੁਣ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਅਤੇ ਸਬਸਕ੍ਰਾਈਬ ਕਰ ਦਿਓ। ਅਤੇ 200 ਰਹਿੰਦਾ, 200-220 ਸਬਸਕ੍ਰਾਈਬਰ ਰਹਿੰਦਾ, ਜਲਦੀ ਜਲਦੀ ਕਰਵਾ ਦਿਓ, ਮੇਰਾ ਚੈਨਲ ਮੋਨੀਟਾਈਜ਼ ਹੋ ਜੂਗਾ। ਫਿਰ ਉਹਦੇ ਨਾਲ ਕੀ ਹੋਊਗਾ, ਟੂ ਬੀ ਓਨੈਸਟ, ਮੈਨੂੰ ਥੋੜ੍ਹੀ ਜਿਹੀ ਅਰਨਿੰਗ ਹੋਣ ਲੱਗ ਜੂਗੀ, ਅਤੇ ਤਾਂ ਕਿ ਫਿਰ ਮੇਰਾ ਵੀ ਜਿਹੜਾ ਟਾਈਮ ਕੱਢਣਾ ਯੂਟਿਊਬ ਲਈ ਥੋੜ੍ਹਾ ਵਰਥ ਇਟ ਹੋ ਜੂਗਾ, ਠੀਕ ਹੈ। ਸੋਰੀ ਗਾਈਜ਼, ਥੋੜ੍ਹੀ ਵੀਡੀਓ ਲੰਬੀ ਕਰਤੀ, ਬਟ ਦੈਟਸ ਇਟ। ਅਤੇ ਮਿਲਦੇ ਹਾਂ ਅਗਲੀ ਵੀਡੀਓ 'ਚ, ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਕਮੈਂਟ ਕਰ ਦਿਓ, ਅਤੇ ਸਬਸਕ੍ਰਾਈਬ ਕਰ ਦਿਓ। ਲਵ ਯੂ ਗਾਈਜ਼, ਮਿਲਦੇ ਨਵੀਂ ਵੀਡੀਓ 'ਚ।